ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਪਰਾਲੀ ਹੈ ਸਾਰੀ ਇਹ ਅਸੀਂ ਬੁਣਨੀ ਹੈ ਅਤੇ ਤੁਹਾਨੂੰ ਬੰਨ ਦਿਆਂ ਸਭ ਕੁਛ ਘਰ ਚੁੱਕ ਕੇ ਖਰੀਦਿਆਂ ਨੂੰ ਦਿਖਾਵਾਂ ਅਤੇ ਹੋਰ ਜਿੰਨੀ ਵੀ ਪਰਾਲੀ ਹੈ ਸਾਰੀ ਅਸੀਂ ਜੀ ਰੱਸੀਆਂ ਨਾਲ ਬੰਨ ਕੇ ਖੜਨੀ ਹੈ। ਚਲੋ ਜੀ ਫਿਰ ਬਣੀਏ। ਅਸੀਂ ਅਸੀਂ ਸੀ ਜੀ ਰੱਖ ਲਈ ਹੈ, ਹੁਣ ਅਸੀਂ ਚੁੱਕ ਲਿਆ ਪਰਾਲੀ। ਸਾਰੇ ਦੋਸਤੋ ਇਹ ਪਰਾਲੀ ਰਹਿ ਗਈ ਹੈ ਜੀ ਸਾਡੀ ਬਣਨ ਵਾਲੀ, ਅਤੇ ਹੁਣ ਅਸੀਂ ਘਰ ਜਾ ਕੇ ਉੱਥੋਂ ਲਿਆਉਂਦੇ ਹਾਂ ਜੀ ਰੱਸੀਆਂ, ਰੱਸੀਆਂ ਲਿਆ ਕੇ ਫਿਰ ਇਹ ਵੀ ਪਰਾਲੀ ਬੰਨ ਕੇ ਅਤੇ ਘਰ ਖੜਾਂਗੇ। ਬਹੁਤੀ ਦੂਰ ਤਾਂ ਨਹੀਂ ਸਾਡਾ ਘਰ, ਪੈਲੀ ਦੇ ਕੋਲੋਂ ਨੇੜੇ ਹੈ ਅਤੇ ਅਸੀਂ ਜਲਦੀ ਕੀ ਪਹੁੰਚ ਜਾਣਾ ਆਪਣੇ ਘਰ। ਉੱਥੋਂ ਇੱਕੋ ਵਾਰੀ ਹੁਣ ਵਾਹਵਾ ਜੀ ਰੱਸੀਆਂ ਲੈ ਆਵਾਂਗੇ, ਫਿਰ ਨਾ ਜ਼ਰੂਰਤ ਪਈ ਲਿਆਉਣ ਦੀ ਰੱਸੀਆਂ, ਅਤੇ ਅੱਗੇ ਥੋੜ੍ਹੀਆਂ ਰੱਸੀਆਂ ਲਿਆਉਂਦੀਆਂ ਥੋੜ੍ਹੀਆਂ ਹਨ, ਅੱਧੇ ਅੱਧੀ ਪਰਾਲੀ ਬਣੀ ਹੈ ਅਤੇ ਥੋੜ੍ਹੀ ਜਿਹੀ ਪਰਾਲੀ ਰਹਿ ਗਈ ਹੈ ਅਤੇ ਫਿਰ ਉਹਨੂੰ ਵੀ ਬੰਨ ਕੇ ਅਤੇ ਫਿਰ ਹਵੇਲੀ ਜਾ ਕੇ ਉੱਥੇ ਰੱਖਾਂਗੇ ਜੀ ਚੁੱਕ ਕੇ ਪਰਾਲੀ। ਤੁਹਾਨੂੰ ਸਾਰਾ ਕੰਮ ਕਰਦੇ ਹਾਂ ਜੀ ਦਿਖਾਵਾਂਗੇ। ਵੀਡੀਓ ਅੱਛੀ ਲੱਗੇ ਵੀਡੀਓ ਸਾਡੀ ਨੂੰ ਲਾਈਕ ਕਰ ਦਿਉ ਅਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਦਿਉ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਅਤੇ ਪੁੱਜ ਗਏ ਹਾਂ ਜੀ ਅਸੀਂ ਘਰ, ਅਤੇ ਚਲੋ ਅਸੀਂ ਅਸੀਂ ਘਰ ਆਪਣੇ ਵੜ ਜਾਂਦੇ ਹਾਂ, ਉਹ ਸਾਹਮਣਾ ਸਾਡੀ ਘਰ ਹੈ। ਰੱਸੀਆਂ ਅਸੀਂ ਲੈ ਲਈਆਂ ਨੇ ਅਤੇ ਹੁਣ ਅਸੀਂ ਚੱਲੇ ਹਾਂ ਜੀ ਪੈਲੀ 'ਚ ਰੱਸੀਆਂ ਲੈ ਕੇ, ਅਤੇ ਫਿਰ ਬੰਨਣੇ ਹਾਂ ਜਿਹੜੀ ਥੋੜ੍ਹੀ ਕੁ ਪਰਾਲੀ ਰਹਿ ਗਈ ਹੈ।
ਜੀ ਸਾਡੀ ਸਾਰੀ ਪਰਾਲੀ ਟੁੱਕ ਗਈ ਹੈ ਅਤੇ ਹੁਣ ਅਸੀਂ ਤੁਹਾਨੂੰ ਪੇੜ ਲੱਗੇ ਦਾ ਪਰਾਲੀ ਦਾ ਦਿਖਾਉਂਦੇ ਹਾਂ ਜੀ, ਜਿਹੜੀ ਅਸੀਂ ਪਰਾਲੀ ਟੋਈ ਹੈ ਜੀ। ਸਾਰੀ ਪਰਾਲੀ ਅਸੀਂ ਲਈ ਹੈ ਢੋ, ਜਿਹੜੀ ਜਿਹੜੀ ਅਸੀਂ ਬੰਨੀ ਸੀ ਉਹ ਸਾਰੀ ਪਰਾਲੀ ਟੁੱਕ ਗਈ ਹੈ। ਅਤੇ ਵੀਡੀਓ ਅੱਛੀ ਲੱਗੇ ਵੀਡੀਓ ਸਾਡੀ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਕਲਿੱਕ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਸੁਲੇਮਾਨ ਨੂੰ ਦਿਓ ਇਜਾਜ਼ਤ, ਅੱਜ ਦਾ ਵਲੌਗ ਕਰਨੇ ਆ ਜੀ ਖਤਮ। ਸੁਲੇਮਾਨ, ਅੱਲਾ ਹਾਫਿਜ਼।